सिद्धू मूसेवाले की बरसी 19 तरीक नू 19 मार्च नू मानसा की दाणा मंडी जिथे उहदे भोग पाए गए सी जिन्ने भी उहनू प्यार करन वाले आ ते जिन्ने भी चाहुंदे आ कि उन्होंने साह मिलना चाहीदा उहदे परिवार नू उहदी मां नू उहदे प्यो नू साह मिलना चाहीदा समुचे पंजाबी जगत नू साह मिलना चाहीदा जो असल दोषी ने ਉਹ ਕਟਹਿਰੇ ਚ ਆਉਣੇ ਚਾਹੀਦੇ ਆ ਸਾਹਮਣੇ ਆਉਣੇ ਚਾਹੀਦੇ ਆ ਨੰਗੇ ਹੋਣੇ ਚਾਹੀਦੇ ਆ ਉਹਦੇ ਇਨਸਾਫ ਦੇ ਲਈ ਉਹਦੇ ਪਰਿਵਾਰ ਦੇ ਇਨਸਾਫ ਦੇ ਲਈ ਸਮੁੱਚੇ ਪੰਜਾਬੀਆਂ ਦੇ ਇਨਸਾਫ ਦੇ ਲਈ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਬਾਈ ਵੱਧ ਚੜ ਕੇ ਵੱਡੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਤੁਸੀਂ ਜਿਵੇਂ ਉੱਥੇ ਸੰਸਕਾਰ ਤੇ ਜਾਂ ਭੋਗ ਤੇ ਇਕੱਠ ਕੀਤੇ ਆ ਜਾਂ ਅੱਜ ਵੀ ਹਜ਼ਾਰਾਂ ਦੀ ਗਿਣਤੀ ਤੁਸੀਂ ਐਤਵਾਰ ਨੂੰ ਪਿੰਡ ਮੂਸੇ ਇਕੱਠ ਕਰਦੇ ਹੋ ਤਾਂ ਉਹਦੇ ਵਰਸੀ ਦੇ ਉੱਤੇ ਵੀ ਇਸ ਤਰ੍ਹਾਂ ਦੇ ਨਾਲ ਹੀ ਜਿਹੜੀ ਦਾਣਾ ਮੰਡੀ ਮਾਨਸਾ ਦੀ ਹੈ ਸਮਾਂ 10 ਵਜੇ 19 ਮਾਰਚ ਨੂੰ ਵੱਧ ਤੋਂ ਵੱਧ ਵੱਡੀ ਗਿਣਤੀ 'ਚ ਪਹੁੰਚ ਕੇ ਆਪਾਂ ਉਹਦੇ ਇਨਸਾਫ ਲਈ ਆਵਾਜ਼ ਬੁਲੰਦ ਕਰੀਏ ਕਿ ਆਪਾਂ ਦੇਖ ਰਹੇ ਹਾਂ ਕਿ ਲਗਾਤਾਰ ਉਹਨੂੰ ਬਦਨਾਮ ਕਰਨ ਦੀਆਂ ਉਹਨੂੰ ਗੈਂਗਵਾਰ ਦੇ ਖਾਤੇ ਪਾਉਣ ਦੀਆਂ ਸਾਜ਼ਿਸ਼ਾਂ ਜਿਹੜੀਆਂ ਘੜੀਆਂ ਜਾ ਰਹੀਆਂ ਨੇ ਜਿਹੜੀਆਂ ਇੰਟਰਵਿਊਆਂ ਆ ਰਹੀਆਂ ਨੇ ਉਹਦੇ ਰਾਹੀਂ ਲੋਕਾਂ ਦੇ ਵਿੱਚੋਂ ਉਹਦੇ ਪ੍ਰਤੀ ਜਿਹੜਾ ਪਿਆਰ ਹਮਦਰਦੀ ਲੋਕਾਂ ਦੇ ਅੰਦਰ ਪੈਦਾ ਹੋਈ ਹੈ ਉਹਦੇ ਪਰਿਵਾਰ ਪ੍ਰਤੀ ਜੋ ਦਰਦ ਜਾ ਕੇ ਲੋਕਾਂ ਦੇ ਅੰਦਰ ਉਹਨੂੰ ਘਟਾਉਣ ਦੇ ਲਈ ਚਾਲਾਂ ਚੱਲੀਆਂ ਜਾ ਰਹੀਆਂ ਇਹ ਚਾਲਾਂ ਨੂੰ ਆਪਾਂ ਕਾਮਯਾਬ ਨਹੀਂ ਹੋਣ ਦੇਣਾ ਪਹਿਲੀ ਬੇਨਤੀ ਤਾਂ ਸਿੱਧੂ ਮੂਸੇਵਾਲੇ ਬਾਬਤ ਹੈ ਕਿ ਸਿੱਧੂ ਮੂਸੇਵਾਲੇ ਦੀ ਵਰਸੀ 19 ਤਰੀਕ ਨੂੰ 19 ਮਾਰਚ ਨੂੰ ਮਾਨਸਾ ਦੀ ਦਾਣਾ ਮੰਡੀ ਜਿੱਥੇ ਉਹਦੇ ਭੋਗ ਪਾਏ ਗਏ ਸੀ ਮੈਂ ਜਿੰਨੇ ਵੀ ਉਹਨੂੰ ਪਿਆਰ ਕਰਨ ਵਾਲੇ ਆ ਤੇ ਜਿੰਨੇ ਵੀ ਇਹ ਚਾਹੁੰਦੇ ਆ ਕਿ ਉਹਨਾਂ ਨੂੰ ਸਾਹ ਮਿਲਣਾ ਚਾਹੀਦਾ ਉਹਦੇ ਪਰਿਵਾਰ ਨੂੰ ਉਹਦੀ ਮਾਂ ਨੂੰ ਉਹਦੇ ਪਿਓ ਨੂੰ ਸਾਹ ਮਿਲਣਾ ਚਾਹੀਦਾ ਸਮੁੱਚੇ ਪੰਜਾਬੀ ਜਗਤ ਨੂੰ ਸਾਹ ਮਿਲਣਾ ਚਾਹੀਦਾ ਜੋ ਅਸਲ ਦੋਸ਼ੀ ਨੇ ਉਹ ਕਟਹਿਰੇ ਚ ਆਉਣੇ ਚਾਹੀਦੇ ਆ ਸਾਹਮਣੇ ਆਉਣੇ ਚਾਹੀਦੇ ਉਹ ਨੰਗੇ ਹੋਣੇ ਚਾਹੀਦੇ ਆ ਉਹਦੇ ਇਨਸਾਫ ਦੇ ਲਈ ਉਹਦੇ ਪਰਿਵਾਰ ਦੇ ਇਨਸਾਫ ਦੇ ਲਈ ਸਮੁੱਚੇ ਪੰਜਾਬੀਆਂ ਦੇ ਇਨਸਾਫ ਦੇ ਲਈ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਬਾਈ ਵੱਧ ਚੜ ਕੇ ਵੱਡੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਤੁਸੀਂ ਜਿਵੇਂ ਉੱਥੇ ਸੰਸਕਾਰ ਤੇ ਜਾਂ ਭੋਗ ਤੇ ਇਕੱਠ ਕੀਤੇ ਆ ਜਾਂ ਅੱਜ ਵੀ ਹਜ਼ਾਰਾਂ ਦੀ ਗਿਣਤੀ ਤੁਸੀਂ ਐਤਵਾਰ ਨੂੰ ਪਿੰਡ ਮੂਸੇ ਇਕੱਠ ਕਰਦੇ ਹੋ ਤਾਂ ਉਹਦੇ ਵਰਸੀ ਦੇ ਉੱਤੇ ਵੀ ਇਸ ਤਰ੍ਹਾਂ ਦੇ ਨਾਲ ਹੀ ਜਿਹੜੀ ਦਾਣਾ ਮੰਡੀ ਮਾਨਸਾ ਦੀ ਹੈ ਸਮਾਂ 10 ਵਜੇ 19 ਮਾਰਚ ਨੂੰ ਵੱਧ ਤੋਂ ਵੱਧ ਵੱਡੀ ਗਿਣਤੀ 'ਚ ਪਹੁੰਚ ਕੇ ਆਪਾਂ ਉਹਦੇ ਇਨਸਾਫ ਲਈ ਆਵਾਜ਼ ਬੁਲੰਦ ਕਰੀਏ ਅਤੇ ਅਗਲੀ ਰਣਨੀਤੀ ਲਿਖੀਏ ਕਿ ਉਹਦੇ ਇਨਸਾਫ ਲਈ ਆਪਾਂ ਅੱਗੇ ਕਿਵੇਂ ਕਾਰਵਾਈ ਕਰਨੀ ਹੈ ਕਿਵੇਂ ਚੱਲਣਾ ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਲਗਾਤਾਰ ਉਹਨੂੰ ਬਦਨਾਮ ਕਰਨ ਦੀਆਂ ਉਹਨੂੰ ਗੈਂਗਵਾਰ ਦੇ ਖਾਤੇ ਪਾਉਣ ਦੀਆਂ ਸਾਜ਼ਿਸ਼ਾਂ ਜਿਹੜੀਆਂ ਘੜੀਆਂ ਜਾ ਰਹੀਆਂ ਨੇ ਜਿਹੜੀਆਂ ਇੰਟਰਵਿਊਆਂ ਆ ਰਹੀਆਂ ਨੇ ਉਹਦੇ ਰਾਹੀਂ ਲੋਕਾਂ ਦੇ ਵਿੱਚੋਂ ਉਹਦੇ ਪ੍ਰਤੀ ਜਿਹੜਾ ਪਿਆਰ ਹਮਦਰਦੀ ਲੋਕਾਂ ਦੇ ਅੰਦਰ ਪੈਦਾ ਹੋਈ ਹੈ ਉਹਦੇ ਪਰਿਵਾਰ ਪ੍ਰਤੀ ਜੋ ਦਰਦ ਜਾਗਿਆ ਲੋਕਾਂ ਦੇ ਅੰਦਰ ਉਹਨੂੰ ਘਟਾਉਣ ਦੇ ਲਈ ਚਾਲਾਂ ਚੱਲੀਆਂ ਜਾ ਰਹੀਆਂ ਇਹ ਚਾਲਾਂ ਨੂੰ ਆਪਾਂ ਕਾਮਯਾਬ ਨਹੀਂ ਹੋਣ ਦੇਣਾ ਇਸ ਲਈ ਤੁਹਾਡਾ ਉਹਨਾਂ ਇਕੱਠਾਂ ਨਾਲੋਂ ਵੀ ਚੌਗਣਾ ਇਕੱਠ ਹੋਣਾ ਉੱਥੇ ਬੜਾ ਜ਼ਰੂਰੀ ਹੈ ਅਪੀਲ ਆ ਸਭ ਤੋਂ ਵੱਧ ਉਸ ਵਰਸੀ ਤੇ ਪਹੁੰਚ ਕੇ ਪਹਿਲੀ ਬੇਨਤੀ ਤਾਂ ਸਿੱਧੂ ਮੂਸੇਵਾਲੇ ਬਾਬਤ ਹੈ ਕਿ ਸਿੱਧੂ ਮੂਸੇਵਾਲੇ ਦੀ ਵਰਸੀ 19 ਤਰੀਕ ਨੂੰ 19 ਮਾਰਚ ਨੂੰ ਮਾਨਸਾ ਦੀ ਦਾਣਾ ਮੰਡੀ ਜਿੱਥੇ ਉਹਦੇ ਭੋਗ ਪਾਏ ਗਏ ਸੀ ਮੈਂ ਜਿੰਨੇ ਵੀ ਉਹਨੂੰ ਪਿਆਰ ਕਰਨ ਵਾਲੇ ਆ ਤੇ ਜਿੰਨੇ ਵੀ ਇਹ ਚਾਹੁੰਦੇ ਆ ਕਿ ਉਹਨਾਂ ਨੂੰ ਸਾਹ ਮਿਲਣਾ ਚਾਹੀਦਾ ਉਹਦੇ ਪਰਿਵਾਰ ਨੂੰ ਉਹਦੀ ਮਾਂ ਨੂੰ ਉਹਦੇ ਪਿਓ ਨੂੰ ਸਾਹ ਮਿਲਣਾ ਚਾਹੀਦਾ ਸਮੁੱਚੇ ਪੰਜਾਬੀ ਜਗਤ ਨੂੰ ਸਾਹ ਮਿਲਣਾ ਚਾਹੀਦਾ ਜੋ ਅਸਲ ਦੋਸ਼ੀ ਨੇ ਉਹ ਕਟਹਿਰੇ ਚ ਆਉਣੇ ਚਾਹੀਦੇ ਆ ਸਾਹਮਣੇ ਆਉਣੇ ਚਾਹੀਦੇ ਉਹ ਨੰਗੇ ਹੋਣੇ ਚਾਹੀਦੇ ਆ ਉਹਦੇ ਇਨਸਾਫ ਦੇ ਲਈ ਉਹਦੇ ਪਰਿਵਾਰ ਦੇ ਇਨਸਾਫ ਦੇ ਲਈ ਸਮੁੱਚੇ ਪੰਜਾਬੀਆਂ ਦੇ ਇਨਸਾਫ ਦੇ ਲਈ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਬਾਈ ਵੱਧ ਚੜ ਕੇ ਵੱਡੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਤੁਸੀਂ ਜਿਵੇਂ ਉੱਥੇ ਸੰਸਕਾਰ ਤੇ ਜਾਂ ਭੋਗ ਤੇ ਇਕੱਠ ਕੀਤੇ ਆ ਜਾਂ ਅੱਜ ਵੀ ਹਜ਼ਾਰਾਂ ਦੀ ਗਿਣਤੀ ਤੁਸੀਂ ਐਤਵਾਰ ਨੂੰ ਪਿੰਡ ਮੂਸੇ ਇਕੱਠ ਕਰਦੇ ਹੋ ਤਾਂ ਉਹਦੇ ਵਰਸੀ ਦੇ ਉੱਤੇ ਵੀ ਇਸ ਤਰ੍ਹਾਂ ਦੇ ਨਾਲ ਹੀ
जिहड़ी दाणा मंडी मानसा दी है समा 10 बजे 19 मार्च नूं वध तों वध वड्डी गिणती च पहुंच के आपां उहदे इनसाफ लई आवाज बुलंद करिए ते अगली रणनीति लिखिए कि उहदे इनसाफ लई आपां अगे किवें कारवाई करनी है, किवें चलना, क्योंकि आपां देख रहे हैं कि लगातार उहनूं बदनाम करन दीआं, उहनूं गैंगवार दे खाते पाउण दीआं साजिशां जिहड़ियां घड़ियां जा रहीआं ने, जिहड़ियां इंटरव्यूआं आ रहीआं ने, उहदे राहीं लोकां दे विच्चों उहदे प्रति जिहड़ा प्यार हमदर्दी लोकां दे अंदर पैदा होई है, उहदे परिवार प्रति जो दर्द जागिआ लोकां दे अंदर, उहनूं घटाउण दे लई चालां चलीआं जा रहीआं। इह चालां नूं आपां कामयाब नहीं होण देणा, इस लई तुहाडा उन्हां कट्ठां नालों भी चौगुणा कट्ठ होना उत्थे बड़ा जरूरी है। अपील है सब तों वध उस वर्षी ते पहुंच के